ਹਾਂਜੀ, ਤੁਹਾਡਾ ਸਭ ਦਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ। ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਧੀਨ ਸੇਵਾਵਾਂ ਬੋਰਡ ਪੰਜਾਬ, ਜਿਸ ਨੂੰ PSSSB ਦੇ ਨਾਮ ਤੋਂ ਵੀ ਆਪਾਂ ਜਾਣਦੇ ਹਾਂ, ਉਹਨਾਂ ਵੱਲੋਂ ਇੰਸਟਰਕਟਰ ਦੀਆਂ 25 ਪੋਸਟਾਂ ਅਨਾਊਂਸ ਕੀਤੀਆਂ ਗਈਆਂ ਸਨ, ਜਿਸ ਦਾ ਇਸ਼ਤਿਹਾਰ ਨੰਬਰ ਸੀਗਾ 5/2023। ਸੋ ਇੰਸਟਰਕਟਰ ਦੀਆਂ ਪੋਸਟਾਂ ਦੇ ਲਈ ਜੇ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਇਸ ਵੀਡੀਓ 'ਚ ਮੈਂ ਤੁਹਾਨੂੰ ਡੈਮੋ ਟੌਪਿਕ ਦੇਣ ਜਾ ਰਿਹਾ, ਸਾਹਿਤ ਅਤੇ ਮਨੋਵਿਗਿਆਨ ਦਾ ਆਪਸ ਵਿੱਚ ਕੀ ਸੰਬੰਧ ਹੈ, ਇਹ ਤੁਹਾਡੇ ਸਿਲੇਬਸ ਦਾ ਟੌਪਿਕ ਹੈ। ਸੋ ਸਿਲੇਬਸ ਦੇ ਕੰਪਲੀਟ ਨੋਟਸ ਮਾਂ ਬੋਲੀ ਪੰਜਾਬੀ ਅਤੇ ਇੰਗਲਿਸ਼ ਦੋਨੇ ਭਾਸ਼ਾ 'ਚ ਅਵੇਲੇਬਲ ਹੋਣਗੇ, ਅਤੇ ਉਹਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਹੀ ਵਾਜਬ ਫੀਸ ਦੇ ਕੇ। ਸੰਪਰਕ ਕਰਨਾ ਹੈ 9873671788 ਦੇ ਉੱਪਰ ਜਾਂ 9566977123 ਦੇ ਉੱਪਰ। ਤਾਂ ਸ਼ੁਰੂ ਕਰਦੇ ਆਪਾਂ ਟੌਪਿਕ, ਸਾਹਿਤ ਅਤੇ ਮਨੋਵਿਗਿਆਨ ਵਿਚਕਾਰ ਆਪਸੀ ਸੰਬੰਧ। ਤਾਂ ਸਾਹਿਤ ਅਤੇ ਮਨੋਵਿਗਿਆਨ ਡੂੰਘਾਈ ਦੇ ਨਾਲ ਜੁੜੇ ਹੋਏ ਨੇ, ਕਿਉਂਕਿ ਦੋਵੇਂ ਮਨੁੱਖੀ ਅਨੁਭਵ ਯਾਨੀ ਕਿ ਮਨੁੱਖ ਦੇ ਤਜ਼ਰਬੇ, ਮਨੁੱਖ ਦੀਆਂ ਭਾਵਨਾਵਾਂ ਅਤੇ ਮਨੁੱਖ ਦਾ ਵਿਵਹਾਰ, ਵਿਵਹਾਰ ਮਤਲਬ ਬਿਹੇਵੀਅਰ ਦੀਆਂ ਜਿਹੜੀਆਂ ਜਟਿਲਤਾਵਾਂ ਨੇ, ਜੋ ਕੰਪਲੈਕਸ਼ਨਸ ਨੇ, ਜੋ ਉਲਝਣਾਂ ਨੇ, ਉਹਨਾਂ ਦੀ ਪੜਚੋਲ ਕਰਦੇ ਹਨ। ਠੀਕ ਹੈ ਜੀ, ਮਤਲਬ ਜੋ ਮਨੁੱਖ ਦਾ ਅਨੁਭਵ ਹੈ, ਜੋ ਮਨੁੱਖ ਦੀਆਂ ਭਾਵਨਾਵਾਂ ਨੇ, ਜੋ ਮਨੁੱਖ ਦਾ ਵਰਤਾਵ ਹੈ, ਉਹਨਾਂ ਸਾਰਿਆਂ ਦੀ ਹੀ ਜਿਹੜੀ ਪੜਚੋਲ ਹੈ ਉਹ ਸਾਹਿਤ ਅਤੇ ਮਨੋਵਿਗਿਆਨ ਦੋਨੋਂ ਵਿਸ਼ਿਆਂ ਦੁਆਰਾ ਕੀਤੀ ਜਾਂਦੀ ਹੈ। ਸਾਹਿਤ ਅਕਸਰ ਪਾਤਰਾਂ ਦੇ ਅੰਦਰੂਨੀ ਵਿਚਾਰਾਂ, ਪ੍ਰੇਰਨਾਵਾਂ ਅਤੇ ਟਕਰਾਵਾਂ ਨੂੰ ਪੇਸ਼ ਕਰਦੇ ਹੋਏ ਮਨੋਵਿਗਿਆਨਕ ਵਿਸ਼ਿਆਂ ਦੀ ਖੋਜ ਕਰਦਾ ਹੈ। ਇਹ ਮਨੋਵਿਗਿਆਨਕ ਅਵਸਥਾਵਾਂ ਦੀ ਬਿਰਤਾਂਤਕ ਖੋਜ ਕਰਦਾ ਹੈ, ਖੋਜ ਪੇਸ਼ ਕਰਦਾ ਹੈ ਅਤੇ ਪਾਠਕਾਂ ਨੂੰ ਮਨੁੱਖੀ ਮਨ ਦੀ ਸਮਝ ਪ੍ਰਦਾਨ ਕਰਦਾ ਹੈ। ਸੋ ਇਸ ਦਾ ਭਾਵ ਇਹ ਹੋਇਆ ਕਿ ਸਾਹਿਤ ਦੇ ਵਿੱਚ ਜੋ ਵੀ ਲੇਖਕ ਲਿਖਦਾ ਹੈ ਉਹ ਉਸਦੇ ਆਪਣੇ ਹੀ ਅੰਦਰੂਨੀ ਵਿਚਾਰ ਹੁੰਦੇ ਨੇ, ਆਪਣੀਆਂ ਹੀ ਉਸਦੀਆਂ ਅੰਦਰੂਨੀ ਪ੍ਰੇਰਨਾਵਾਂ ਹੁੰਦੀਆਂ ਨੇ, ਜਾਂ ਉਹਦੇ ਅੰਦਰ ਹੀ ਚੱਲ ਰਹੇ ਆਪਸੀ ਟਕਰਾਵ ਹੁੰਦੇ ਨੇ। ਠੀਕ ਹੈ ਜੀ, ਅਤੇ ਉਹ ਇਸ ਨੂੰ ਸਾਹਿਤ ਦੇ ਰੂਪ ਵਿੱਚ ਉਹਦਾ ਵਰਣਨ ਕਰਦਾ ਹੈ ਅਤੇ ਪਾਠਕਾਂ ਨੂੰ ਮਨੁੱਖ ਦੇ ਮਨ ਦੀ ਜਿਹੜੀ ਸਮਝ, ਜੋ ਸਾਈਕੋਲੋਜੀਕਲ ਪਰਸੈਪਸ਼ਨ ਹੈ, ਉਹ ਸਾਹਿਤ ਦੇ ਦੁਆਰਾ ਬਹੁਤ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ। ਇਹ ਤਾਂ ਹੋਈ ਸਾਹਿਤ ਦੀ ਗੱਲ, ਹੁਣ ਆਪਾਂ ਗੱਲ ਕਰਾਂਗੇ ਕਿ ਮਨੋਵਿਗਿਆਨ ਕੀ ਕਰਦਾ ਹੈ। ਤਾਂ ਮਨੋਵਿਗਿਆਨ ਬਦਲੇ ਵਿੱਚ ਮਨੁੱਖੀ ਵਿਵਹਾਰ, ਮਨੁੱਖੀ ਭਾਵਨਾਵਾਂ ਅਤੇ ਮਨੁੱਖੀ ਵਿਚਾਰਾਂ ਦੀਆਂ ਪ੍ਰਕਿਰਿਆਵਾਂ ਨੂੰ ਸਮਝਣ ਲਈ ਸਾਹਿਤਕ ਰਚਨਾਵਾਂ ਦੀ ਵਰਤੋਂ ਕਰਦਾ ਹੈ। ਕਹਿਣ ਤੋਂ ਭਾਵ ਕੀ ਹੈ ਵੀ ਜਿਹੜਾ ਮਨੋਵਿਗਿਆਨ ਹੈ ਉਹ ਵੀ ਸਾਹਿਤ ਦੇ ਉੱਪਰ ਨਿਰਭਰ ਹੈ। ਸੋ ਆਪਾਂ ਇਹ ਕਹਿ ਸਕਦੇ ਹਾਂ ਵੀ ਦੋਨੋਂ ਹੀ ਸਾਹਿਤ ਅਤੇ ਮਨੋਵਿਗਿਆਨ ਇੱਕ ਦੂਜੇ ਉੱਪਰ ਨਿਰਭਰ ਨੇ। ਮਨੋਵਿਗਿਆਨੀ ਅਕਸਰ ਮਾਨਸਿਕ ਸਿਹਤ, ਸ਼ਖਸੀਅਤ ਅਤੇ ਸਮਾਜਿਕ ਪ੍ਰਭਾਵਾਂ ਦੀ ਡੂੰਘੀ ਸਮਝ ਪ੍ਰਾਪਤ ਕਰਨ ਦੇ ਲਈ ਸਾਹਿਤ ਦੇ ਪਾਤਰਾਂ ਅਤੇ ਵਿਸ਼ਿਆਂ ਦਾ ਵਿਸ਼ਲੇਸ਼ਣ ਕਰਦੇ ਨੇ। ਮਤਲਬ ਮਨੋਵਿਗਿਆਨੀਆਂ ਨੇ ਵੀ ਜੇ ਕਿਸੇ ਦੀ ਮਾਨਸਿਕ ਸਿਹਤ ਬਾਰੇ ਜਾਣਨਾ ਹੈ, ਜਾਂ ਕਿਸੇ ਸ਼ਖਸੀਅਤ ਬਾਰੇ ਜਾਣਨਾ ਹੈ, ਜਾਂ ਕਿਸੇ ਸਮਾਜਿਕ ਪ੍ਰਭਾਵ ਦੇ ਬਾਰੇ ਸਮਝ ਪ੍ਰਾਪਤ ਕਰਨੀ ਹੈ, ਤਾਂ ਉਹਨਾਂ ਨੂੰ ਵੀ ਜਿਹੜੇ ਸਾਹਿਤ ਦੇ ਪਾਤਰ ਨੇ ਅਤੇ ਸਾਹਿਤ ਦੇ ਵਿਸ਼ੇ ਨੇ, ਉਹਨਾਂ ਦਾ ਵਿਸ਼ਲੇਸ਼ਣ ਯਾਨੀ ਕਿ ਅਨੈਲਿਸਿਸ ਕਰਨਾ ਪੈਂਦਾ ਹੈ। ਅੱਗੇ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਹਿਤ ਵਿੱਚ ਮਨੋਵਿਗਿਆਨਿਕ ਵਿਸ਼ਲੇਸ਼ਣ ਕੀ ਹੁੰਦਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਚਰਿੱਤਰ ਵਿਸ਼ਲੇਸ਼ਣ, ਚਰਿੱਤਰ ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਕਰੈਕਟਰ ਕਹਿੰਦੇ ਹਾਂ। ਸਾਹਿਤ ਪਾਤਰਾਂ ਦੇ ਮਨੋਵਿਗਿਆਨਿਕ ਵਿਸ਼ਲੇਸ਼ਣ ਦੇ ਲਈ ਇੱਕ ਅਮੀਰ ਆਧਾਰ ਪ੍ਰਦਾਨ ਕਰਦਾ ਹੈ, ਯਾਨੀ ਕਿ ਇੱਕ ਰਿਚ ਬੇਸ ਪ੍ਰਦਾਨ ਕਰਦਾ, ਫਾਊਂਡੇਸ਼ਨ ਪ੍ਰਦਾਨ ਕਰਦਾ ਹੈ। ਸਾਹਿਤ ਦੀਆਂ ਕਾਰਵਾਈਆਂ, ਵਿਚਾਰਾਂ ਅਤੇ ਸੰਵਾਦਾਂ ਦੇ ਰਾਹੀਂ ਪਾਠਕ ਵੱਖ ਵੱਖ ਮਨੋਵਿਗਿਆਨਿਕ ਸਿਧਾਂਤਾਂ ਦੀ ਪੜਚੋਲ ਕਰਦੇ ਹਨ, ਜਿਵੇਂ ਕਿ ਸਿਗਮੰਡ ਫਰਾਇਡ ਦਾ ਮਨੋਵਿਗਿਆਨ, ਠੀਕ ਹੈ ਜੀ, ਜਿਸ ਨੂੰ ਕਿਹਾ ਜਾਂਦਾ ਹੈ ਸਾਈਕੋ ਅਨੈਲਿਸਿਸ। ਉਸ ਤੋਂ ਬਾਅਦ ਹੈ ਕਾਰਲ ਜੁੰਗ ਦੇ ਪ੍ਰਾਰਥਿਵ, ਕਾਰਲ ਜੰਗ ਜਿਹੜਾ ਸਾਇੰਟਿਸਟ ਹੈ, ਮਨੋਵਿਗਿਆਨੀ ਹੈ, ਤਾਂ ਇਸਨੇ ਥਿਊਰੀ ਦਿੱਤੀ ਸੀ ਜੰਗਸ ਆਰਕਿਊਟਾਈਪਸ, ਅਤੇ ਮਾਸਲੋ ਦੀਆਂ ਲੋੜਾਂ, ਜੋ ਮਾਸਲੋ ਹੈ, ਇਹਨਾਂ ਨੇ ਕਿਹਾ ਸੀ ਵੀ ਮਨੁੱਖ ਦੀਆਂ ਕੁਝ ਬੁਨਿਆਦੀ ਲੋੜਾਂ ਹੁੰਦੀਆਂ ਨੇ ਅਤੇ ਉਹਨਾਂ ਦੀ ਇੱਕ ਹੈਰਾਰਕੀ ਹੁੰਦੀ ਹੈ, ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਰੋਟੀ, ਕੱਪੜਾ, ਮਕਾਨ ਚਾਹੀਦਾ ਹੈ, ਉਸ ਤੋਂ ਬਾਅਦ ਆਪਾਂ ਨੂੰ ਅਗਲੀਆਂ ਲੋੜਾਂ ਜਿਹੜੀਆਂ ਹੈਗੀਆਂ ਨੇ ਆਪਣੀਆਂ ਉਹ ਉਜਾਗਰ ਹੁੰਦੀਆਂ ਨੇ। ਮਾਨਸਿਕ ਸਿਹਤ ਦੇ ਵਿਸ਼ੇ, ਸਾਹਿਤ ਅਕਸਰ ਮਾਨਸਿਕ ਸਿਹਤ ਨਾਲ ਸੰਬੰਧਿਤ ਵਿਸ਼ਿਆਂ ਨੂੰ ਸੰਬੋਧਿਤ ਕਰਦਾ ਹੈ, ਜਿਵੇਂ ਡਿਪਰੈਸ਼ਨ,
ਚਿੰਤਾ, ਸਦਮਾ ਜਾਂ ਪਛਾਣ ਸੰਕਟ। ਤਾਂ ਸ਼ੇਕਸਪੀਅਰ ਦੁਆਰਾ ਹੈਮਲੇਟ ਜਾਂ ਸਿਲਵੀਆ ਪਲੈਥ ਦੁਆਰਾ ਦਾ ਬੈਲਜਾਰ ਵਰਗੇ ਜਿਹੜੀ ਰਚਨਾਵਾਂ ਨੇ ਸਾਹਿਤ ਦੀਆਂ, ਉਹਨਾਂ ਦੇ ਨਾਇਕਾਂ ਦੇ ਜੋ ਮਨੋਵਿਗਿਆਨਿਕ ਸੰਘਰਸ਼ ਨੇ ਉਹਨਾਂ ਨੇ ਇਹਦੇ ਬਾਰੇ ਡੂੰਘੀ ਜਾਣਕਾਰੀ ਪ੍ਰਦਾਨ ਕੀਤੀ ਹੈ। ਯਾਨੀ ਕਿ ਸ਼ੇਕਸਪੀਅਰ ਦੀ ਰਚਨਾ ਹੈ ਹੈਮਲੇਟ ਅਤੇ ਸਿਲਵੀਆ ਪਲੈਥ ਦੀ ਜੋ ਰਚਨਾ ਹੈ ਦਾ ਬੈਲਜਾਰ, ਇਸ ਵਿੱਚ ਜਿਹੜੇ ਇਹਨਾਂ ਦੇ ਨਾਇਕ ਨੇ ਇਹਨਾਂ ਰਚਨਾਵਾਂ ਦੇ, ਠੀਕ ਹੈ ਜੀ, ਤਾਂ ਉਹਨਾਂ ਨਾਇਕਾਂ ਦੇ ਮਨੋਵਿਗਿਆਨਿਕ ਜੋ ਸੰਘਰਸ਼ ਰਹੇ ਨੇ ਉਹਨਾਂ ਦੀ ਡੂੰਘੀ ਜਾਣਕਾਰੀ ਇਹਨਾਂ ਰਚਨਾਵਾਂ ਦੇ ਵਿੱਚ ਪ੍ਰਦਾਨ ਕੀਤੀ ਹੈ। ਅੱਗੇ ਆਉਂਦਾ ਹੈ ਬਿਰਤਾਂਤਕ ਤਕਨੀਕਾਂ। ਸੋ ਇੱਥੇ ਬਿਰਤਾਂਤਕ ਤਕਨੀਕਾਂ ਤੋਂ ਭਾਵ ਕੀ ਹੈ ਕਿ ਮਨੋਵਿਗਿਆਨਿਕ ਸੰਕਲਪ ਜਿਵੇਂ ਕਿ ਚੇਤਨਾ ਦੀ ਧਾਰਾ, ਅਵਿਸ਼ਵਾਸੀ ਬਿਰਤਾਂਤਕਾਰ ਅਤੇ ਅੰਦਰੂਨੀ ਮੋਨੋਲੋਗ ਮਨੁੱਖੀ ਮਾਨਸਿਕਤਾ ਦੀ ਗੁੰਝਲਤਾ ਨੂੰ ਦਰਸਾਉਣ ਲਈ ਸਾਹਿਤ ਵਿੱਚ ਵਰਤੇ ਜਾਂਦੇ ਹਨ। ਵਰਜੀਨੀਆ ਵੁਲਬ ਅਤੇ ਜੇਮਸ ਜੋਇਸ ਵਰਗੇ ਜਿਹੜੇ ਲੇਖਕ ਨੇ ਆਪਣੀ ਮਨੋਵਿਗਿਆਨਿਕ ਬਿਰਤਾਂਤਕ ਤਕਨੀਕਾਂ ਦੇ ਲਈ ਇਹ ਜਾਣੇ ਜਾਂਦੇ ਨੇ। ਹੁਣ ਆਪਾਂ ਗੱਲ ਕਰਾਂਗੇ ਸਾਹਿਤਕ ਅੰਦੋਲਨਾਂ ਦੇ ਉੱਪਰ ਮਨੋਵਿਗਿਆਨ ਦੇ ਪ੍ਰਭਾਵ ਦੇ ਬਾਰੇ। ਤਾਂ ਇਸ ਦੇ ਵਿੱਚ ਆਉਂਦਾ ਜੀ ਆਪਣਾ ਆਧੁਨਿਕਤਾ ਅਤੇ ਮਨੋਵਿਸ਼ਲੇਸ਼ਣ। 20ਵੀਂ ਸਦੀ ਦੇ ਸ਼ੁਰੂ ਵਿੱਚ ਮਨੋਵਿਸ਼ਲੇਸ਼ਣ, ਜਿਸ ਨੂੰ ਆਪਾਂ ਕਹਿੰਦੇ ਹਾਂ ਸਾਈਕੋ ਅਨੈਲਿਸਿਸ, ਦੇ ਉਭਾਰ ਨੇ ਆਧੁਨਿਕਤਾਵਾਦੀ ਸਾਹਿਤ ਨੂੰ ਪ੍ਰਭਾਵਿਤ ਕੀਤਾ। ਯਾਨੀ ਕਿ ਮਾਡਰਨ ਜਿਹੜਾ ਆਪਣਾ ਸਾਹਿਤ ਹੈ, ਲਿਟਰੇਚਰ, ਉਸਨੂੰ ਬਹੁਤ ਇਫੈਕਟ ਕੀਤਾ। ਲੇਖਕ ਜਿਵੇਂ ਕਿ TS ਇਲੀਅਟ, ਫਰਾਂਸ ਕਾਫਕਾ ਅਤੇ ਜੇਮਸ ਜੋਇਸ ਨੇ ਆਪਣੀ ਜਿਹੜੀ ਰਚਨਾਵਾਂ ਨੇ ਉਹਦੇ ਵਿੱਚ ਮਨੋਵਿਗਿਆਨਿਕ ਡੂੰਘਾਈ ਨੂੰ ਬਹੁਤ ਚੰਗੇ ਤਰੀਕੇ ਨਾਲ ਸ਼ਾਮਿਲ ਕੀਤਾ, ਜੋ ਕਿ ਆਧੁਨਿਕ ਮਨੁੱਖੀ ਅਨੁਭਵ ਦੇ ਖੰਡਿਤ ਅਤੇ ਗੁੰਝਲਦਾਰ ਸੁਭਾਅ ਨੂੰ ਦਰਸਾਉਂਦਾ ਹੈ। ਅੱਗੇ ਆਪਣਾ ਆਉਂਦਾ ਹੈ ਜੀ ਹੋਂਦਵਾਦ ਅਤੇ ਮਨੋਵਿਗਿਆਨ। ਤਾਂ ਸਿਗਮੰਡ ਫਰਾਇਡ ਵਰਗੇ ਮਨੋਵਿਗਿਆਨੀ ਅਤੇ ਸ਼ਾਸਤਰ ਵਰਗੇ ਦਾਰਸ਼ਨਿਕਾਂ ਦੁਆਰਾ ਪ੍ਰਭਾਵਿਤ ਹੋਂਦਵਾਦੀ ਜੋ ਲਹਿਰ ਹੈ, ਉਹ ਬੇਗਾਨਗੀ, ਆਜ਼ਾਦੀ ਅਤੇ ਅਰਥ ਦੀ ਖੋਜ ਦੇ ਵਿਸ਼ਿਆਂ ਦੀ ਪੜਚੋਲ ਕਰਦੀ ਹੈ। ਇਸ ਸਮੇਂ ਦਾ ਸਾਹਿਤ, ਜਿਸ ਵਿੱਚ ਐਲਬਰਟ ਕੈਮਸ ਅਤੇ ਸੈਮੂਅਲ ਬੈਕਿਟ ਦੀਆਂ ਰਚਨਾਵਾਂ ਸ਼ਾਮਿਲ ਹਨ, ਉਹ ਅਕਸਰ ਇਹਨਾਂ ਮਨੋਵਿਗਿਆਨਿਕ ਅਤੇ ਦਾਰਸ਼ਨਿਕ ਚਿੰਤਾਵਾਂ ਨੂੰ ਦਰਸਾਉਂਦੀਆਂ ਹਨ। ਸੋ ਇੱਥੇ ਮਨੋਵਿਗਿਆਨਿਕ ਤੋਂ ਭਾਵ ਹੋ ਗਿਆ ਸਾਈਕੋਲੋਜੀਕਲ ਅਤੇ ਦਾਰਸ਼ਨਿਕ ਤੋਂ ਪ੍ਰਭਾਵ ਹੋ ਗਿਆ ਜੀ ਫਿਲੋਸਫੀਕਲ। ਸੋ ਨੈਕਸਟ ਆਪਾਂ ਗੱਲ ਕਰਾਂਗੇ ਮਨੋਵਿਗਿਆਨ ਖੋਜ ਲਈ ਇੱਕ ਸਾਧਨ ਵਜੋਂ ਸਾਹਿਤ। ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਉਪਚਾਰਕ ਲਿਖਤ। ਸਾਹਿਤ ਲੇਖਕਾਂ ਅਤੇ ਪਾਠਕਾਂ ਦੋਵਾਂ ਦੇ ਲਈ ਇੱਕ ਇਲਾਜ ਦੇ ਸਾਧਨ ਵਜੋਂ ਕੰਮ ਕਰ ਸਕਦਾ ਹੈ। ਲਿਖਣਾ ਵਿਅਕਤੀਆਂ ਨੂੰ ਭਾਵਨਾਵਾਂ ਅਤੇ ਤਜ਼ਰਬਿਆਂ ਦੀ ਪ੍ਰਕਿਰਿਆ ਕਰਨ ਦੀ ਇਜਾਜ਼ਤ ਦਿੰਦਾ ਹੈ। ਯਾਨੀ ਕਿ ਜੋ ਵੀ ਵਿਅਕਤੀ ਇੱਕ ਲੇਖਕ ਹੈ, ਉਹ ਆਪਣੀਆਂ ਭਾਵਨਾਵਾਂ ਨੂੰ ਆਪਣੇ ਤਜ਼ਰਬਿਆਂ ਨੂੰ ਪ੍ਰਗਟ ਕਰ ਸਕਦਾ ਹੈ ਸਾਹਿਤ ਦੇ ਰਾਹੀਂ, ਜਦੋਂ ਕਿ ਪੜ੍ਹਨਾ ਆਰਾਮ, ਸਮਝ ਅਤੇ ਸੰਬੰਧ ਦੀ ਭਾਵਨਾ ਪ੍ਰਦਾਨ ਕਰਦਾ ਹੈ। ਯਾਨੀ ਕਿ ਜੋ ਵਿਅਕਤੀ ਸਾਹਿਤ ਨੂੰ ਪੜ੍ਹਦਾ ਹੈ, ਉਹ ਆਰਾਮ, ਸਮਝ ਅਤੇ ਸੰਬੰਧ ਦੀ ਭਾਵਨਾ ਦੇ ਲਈ ਪੜ੍ਹਦਾ ਹੈ। ਸੋ ਇੱਥੇ ਕਹਿਣ ਤੋਂ ਭਾਵ ਕੀ ਹੋਇਆ ਕਿ ਜੋ ਲਿਖ ਰਿਹਾ ਹੈ ਉਹ ਆਪਣੀਆਂ ਭਾਵਨਾਵਾਂ ਨੂੰ ਆਪਣੇ ਤਜ਼ਰਬਿਆਂ ਨੂੰ ਪ੍ਰਗਟ ਕਰ ਰਿਹਾ ਹੈ, ਅਤੇ ਜੋ ਪੜ੍ਹ ਰਿਹਾ ਹੈ ਉਹ ਉਹਨਾਂ ਦੇ ਤਜ਼ਰਬਿਆਂ ਤੋਂ ਆਪਣੇ ਲਈ ਕੁਛ ਸਮਝਣ ਦੀ ਜਿਹੜੀ ਭਾਵਨਾ ਹੈ ਉਹਦੇ ਕਰਕੇ ਉਹ ਸਾਹਿਤ ਨੂੰ ਪੜ੍ਹਦਾ ਹੈ। ਅੱਗੇ ਆਉਂਦਾ ਹੈ ਹਮਦਰਦੀ ਅਤੇ ਸਮਝ। ਸਾਹਿਤ ਪੜ੍ਹਨਾ ਪਾਠਕਾਂ ਨੂੰ ਵੱਖ ਵੱਖ ਦ੍ਰਿਸ਼ਟੀਕੋਣਾਂ ਅਤੇ ਭਵਨਾਤਮਕ ਸਥਿਤੀਆਂ ਦਾ ਅਨੁਭਵ ਕਰਨ ਦੀ ਇਜਾਜ਼ਤ ਦੇ ਕੇ ਹਮਦਰਦੀ ਨੂੰ ਵਧਾਉਂਦਾ ਹੈ। ਸੋ ਇੱਥੇ ਕਹਿਣ ਤੋਂ ਇਹ ਭਾਵ ਹੋਇਆ ਕਿ ਸਾਹਿਤ ਪੜ੍ਹਨ ਵਾਲਾ ਜੋ ਮਨੁੱਖ ਹੈ, ਉਹ ਮਨੁੱਖੀ ਵਿਵਹਾਰ, ਮਨੁੱਖੀ ਸੰਬੰਧ ਅਤੇ ਸਮਾਜਿਕ ਨਿਯਮਾਂ ਨੂੰ ਚੰਗੀ ਤਰ੍ਹਾਂ ਅਤੇ ਮਨੋਵਿਗਿਆਨਿਕ ਤੌਰ 'ਤੇ ਸਮਝ ਲੈਂਦਾ ਹੈ ਅਤੇ ਉਸਦੇ ਅੰਦਰ ਹੋਰਨਾਂ ਲੋਕਾਂ ਦੇ ਪ੍ਰਤੀ ਜਾਂ ਜਾਨਵਰਾਂ ਦੇ ਪ੍ਰਤੀ, ਕਿਸੇ ਵੀ ਜੀਵ ਨਿਰਜੀਵ ਦੇ ਪ੍ਰਤੀ ਜਿਹੜੀ ਸਮਝ ਹੈ ਅਤੇ ਹਮਦਰਦੀ ਆ, ਉਹਦੀ ਭਾਵਨਾ ਪ੍ਰਗਟ ਹੋ ਜਾਂਦੀ ਹੈ। ਸਿੰਪਲ ਜਿਹੀ ਇਗਜ਼ਾਮਪਲ ਆਪਾਂ ਇੱਥੇ ਪਾਣੀ ਦੀ ਲੈ ਲੈਂਦੇ ਹਾਂ। ਮੰਨ ਲਓ ਕੋਈ ਲੇਖਕ ਪਾਣੀ ਦੇ ਬਾਰੇ ਬਹੁਤ ਅੱਛੇ ਵਿਚਾਰ ਆਪਣੇ ਲਿਖਦਾ ਹੈ ਅਤੇ ਉਸਨੂੰ ਪੜ੍ਹਨ ਵਾਲਾ ਇਸ ਤਰ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਸਮਝਦਾ ਹੈ ਕਿ ਹਾਂ ਯਾਰ, ਪਾਣੀ ਬਹੁਤ ਹੀ ਬੜਮੁੱਲਾ ਹੈ ਅਤੇ ਪਾਣੀ ਨੂੰ ਖੋਣਾ ਨਹੀਂ ਚਾਹੀਦਾ, ਸੋ ਇਸ ਲਈ ਉਹ ਅੱਗੇ ਤੋਂ ਪਾਣੀ ਦੇ ਸੰਬੰਧ ਵਿੱਚ ਕੋਈ ਚੰਗੇ ਜਿਹੜੇ ਕਾਰਜ ਨੇ ਉਹ ਕਰ ਸਕਦਾ ਹੈ ਪਾਣੀ ਨੂੰ ਬਚਾਉਣ ਦੇ ਲਈ। ਠੀਕ ਹੈ ਜੀ। ਸੋ ਅੱਗੇ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਹਿਤਕ ਮਨੋਵਿਗਿਆਨ ਵਿੱਚ ਕੇਸ ਅਧਿਐਨ। ਕੇਸ ਤੋਂ ਭਾਵ ਹੁੰਦਾ
ਕੋਈ ਵੀ ਚੀਜ਼ ਜੋ ਆਲਰੇਡੀ ਵਾਪਰ ਚੁੱਕੀ ਹੋਵੇ, ਠੀਕ ਹੈ, ਅਧਿਐਨ ਮਤਲਬ ਉਸਦੀ ਸਟੱਡੀ ਕਰਨੀ, ਉਸਦਾ ਐਨਾਲਿਸਿਸ ਕਰਨਾ। ਸ਼ੇਕਸਪੀਅਰ ਦੇ ਪਾਤਰ ਮੈਕਬੈਬ, ਹੈਮਲੇਟ ਅਤੇ ਲੇਡੀ ਮੈਕਬੈਬ ਵਰਗੇ ਪਾਤਰਾਂ ਦਾ ਅਕਸਰ ਉਹਨਾਂ ਦੀ ਮਨੋਵਿਗਿਆਨਿਕ ਜਟਿਲਤਾ, ਅਭਿਲਾਸ਼ਾ, ਦੋਸ਼ ਅਤੇ ਪਾਗਲਪਨ ਦੇ ਵਿਸ਼ਿਆਂ ਦੀ ਪੜਚੋਲ ਕਰਨ ਦੇ ਲਈ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਦੋਸਤੋ ਬਸ ਕਿੱਦਾਂ ਅਪਰਾਧ ਅਤੇ ਸਜ਼ਾ, ਇਹ ਨਾਵਲ ਇਸ ਦੇ ਮੁੱਖ ਪਾਤਰ ਰਾਸਕੋਲਨੀਕੋਵ ਦੇ ਮਨੋਵਿਗਿਆਨਿਕ ਸਫ਼ਰ ਦੁਆਰਾ ਦੋਸ਼, ਨੈਤਿਕਤਾ ਅਤੇ ਮੁਕਤੀ ਦੀ ਡੂੰਘੀ ਖੋਜ ਪ੍ਰਦਾਨ ਕਰਦਾ ਹੈ। ਸੋ ਇਹ ਹਨ ਤੁਹਾਡੀਆਂ ਕੇਸ ਸਟੱਡੀਜ਼, ਸ਼ੇਕਸਪੀਅਰ ਦੇ ਪਾਤਰ ਜਾਂ ਫਿਰ ਦੋਸਤੋਵਸਕੀ ਦਾ ਅਪਰਾਧ ਅਤੇ ਸਜ਼ਾ ਨਾਵਲ। ਅੱਗੇ ਹੈ ਜੀ ਵਰਜੀਨੀਆ ਵੁਲਫ ਦੀ ਸ਼੍ਰੀਮਤੀ ਡਾਲੋਵੇ। ਇਹ ਨਾਵਲ ਆਪਣੇ ਪਾਤਰਾਂ ਦੇ ਅੰਦਰੂਨੀ ਜੀਵਨ ਨੂੰ ਦਰਸਾਉਣ ਲਈ ਚੇਤਨਾ ਦੀ ਧਾਰਾ ਦੀ ਵਰਤੋਂ ਕਰਦਾ ਹੈ। ਯੁੱਧ ਤੋਂ ਬਾਅਦ ਦੇ ਸਦਮੇ, ਹੋਂਦ ਦੇ ਪ੍ਰਤੀਬਿੰਬ ਅਤੇ ਮਾਨਸਿਕ ਬਿਮਾਰੀ ਦਾ ਮਨੋਵਿਗਿਆਨਿਕ ਚਿਤਰਨ ਇਹ ਨਾਵਲ ਪੇਸ਼ ਕਰਦਾ ਹੈ। ਸੋ ਇਹ ਸੀ ਇੱਕ ਡੈਮੋ ਟੋਪਿਕ ਸਾਹਿਤ ਅਤੇ ਮਨੋਵਿਗਿਆਨ। ਹਰ ਟੋਪਿਕ ਦਾ ਵੀਡੀਓ ਕੋਰਸ ਜਾਂ PDF ਕੋਰਸ ਤੁਸੀਂ ਪਰਚੇਜ਼ ਕਰਨਾ ਚਾਹੁੰਦੇ ਹੋਵੋ ਤਾਂ ਥੰਬਨੇਲ 'ਚ ਦਿੱਤੇ ਹੋਏ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਉਮੀਦ ਕਰਦਾ ਵੀਡੀਓ ਤੁਹਾਨੂੰ ਚੰਗਾ ਲੱਗੇਗਾ। ਹਰ ਇੱਕ ਵਿਅਕਤੀ ਨਾਲ, ਹਰ ਇੱਕ ਸਟੂਡੈਂਟ ਉਮੀਦਵਾਰ ਨਾਲ ਸ਼ੇਅਰ ਕਰਨਾ ਨਾ ਭੁੱਲੋ। ਥੈਂਕ ਯੂ, ਥੈਂਕਸ ਫੋਰ ਵਾਚਿੰਗ।